ਹਾਂਜੀ ਵੀਰੋ ਅੱਜ ਆਪਾਂ ਗੱਲਬਾਤ ਕਰਾਂਗੇ ਝੋਨੇ ਦੀ ਪਨੀਰੀ ਲਾਉਣ ਦੇ ਸਹੀ ਸਮੇਂ ਬਾਰੇ ਕਿ ਕਿਹੜਾ ਟਕਮਾ ਸਮਾਂ ਜਿਸ ਸਮੇਂ ਤੇ ਤੁਸੀਂ ਪਨੀਰੀ ਲਾ ਕੇ ਝੋਨੇ ਦਾ ਚੰਗਾ ਝਾੜ ਲੈ ਸਕਦੇ ਹੋ ਕਿਉਂਕਿ ਜਿਹੜਾ ਤੁਹਾਡਾ ਝਾੜ ਹੈ ਉਹਦਾ ਬੇਸ ਤੁਹਾਡੀ ਪਨੀਰੀ ਨੇ ਬਣਾਉਣਾ ਜਦੋਂ ਨਿਉਂ ਹੀ ਸਹੀ ਹੋਊਗੀ ਤਾਂ ਅੱਗੇ ਜਾ ਕੇ ਆਪਾਂ ਨੂੰ ਦਿੱਕਤਾਂ ਨਹੀਂ ਆਉਣਗੀਆਂ ਤੇ ਅੱਜ ਆਪਾਂ ਸ਼ਾਰਟ ਟਰਮ ਵੈਰਾਈਆਂ ਬਾਰੇ ਗੱਲ ਕਰਨੀ ਆ ਕਿਉਂਕਿ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਦੇ ਨਾਲ ਨਾਲ ਤੀਜੀ ਫਸਲ ਮੱਕੀ ਦਾ ਵੀ ਕਾਫੀ ਰਕਬਾ ਲੱਗਣ ਲੱਗਿਆ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪੀਆਰ ਕਿਸਮਾਂ ਬਾਰੇ ਇਸ ਤੋਂ ਬਾਅਦ ਬਾਸਮਤੀਆਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਨਮੀਆਂ ਕਿਸਮਾਂ ਆਈਆਂ ਨੇ 184785 ਤੇ ਸਾਰਿਆਂ ਦਾ ਤੁਹਾਨੂੰ ਪਨੀਰੀ ਬੀਜਣ ਦਾ ਸਹੀ ਸਮਾਂ ਤੇ ਕਿੰਨੇ ਇੱਕ ਦਿਨਾਂ ਦੀ ਟ੍ਰਾਂਸਪਲੈਂਟ ਕਰਨੀ ਆ ਉਹ ਦੱਸਾਂਗੇ ਪੀਆਰ ਕਿਸਮਾਂ ਆਗੀਆਂ ਜੀ ਪੀਆਰ 121 122 128 29 ਪੀਆਰ 131 114 ਤੇ ਪੀਆਰ 113 ਇਹਨਾਂ ਦੀ ਪਨੀਰੀ ਤੁਸੀਂ 20 ਤੋਂ 25 ਮਈ ਮਤਲਬ ਅੱਜ ਕਨ ਸਮਾਂ ਇਹਨਾਂ ਦੀ ਪਨੀਰੀ ਬੀਜਣ ਦਾ 25 ਮਈ ਤੱਕ ਤੁਸੀਂ ਇਹਨਾਂ ਦੀ ਪਨੀਰੀ ਲਗਾ ਸਕਦੇ ਹੋ 20 ਤੋਂ 25 ਮਈ ਤੇ ਉਹੀ 20 ਕ ਦਿਨਾਂ ਦੀ ਪਨੀਰੀ ਤੁਸੀਂ ਟ੍ਰਾਂਸਪਲੈਂਟ ਕਰ ਦੇਣੀ ਆ ਤੇ ਇਸ ਤੋਂ ਬਾਅਦ ਆ ਜਾਂਦੀ ਆ PR127 PR130 HKR47 ਇਹ 25 ਤੋਂ 31 ਮਈ ਤੋਂ ਨੂੰ ਤੁਸੀਂ ਪਨੀਰੀ ਬੀਜ ਸਕਦੇ ਹੋ ਤੇ ਜਿਹੜੀ PR126 ਆ ਸਭ ਤੋਂ ਜ਼ਿਆਦਾ ਨਿਮਾਨ ਦੇ ਵਿੱਚ ਪਿਛਲੇ ਸਾਲ ਛੱਬੀਆਂ ਦਾ ਝਾੜ ਕਹਿੰਦੇ ਬਹੁਤ ਵਧੀਆ ਆਇਆ ਸੀ ਕਾਰਨ ਕੀ ਸੀਗਾ ਕਿ ਪਨੀਰੀ ਸਹੀ ਸਮੇਂ ਤੇ ਲੱਗੀ ਸੀ ਇਹ ਪਛੇਤੀ ਵੈਰਾਈਟੀ ਆ ਜਦੋਂ ਪਛੇਤੀ ਵੈਰਾਈਟੀ ਦੀ ਪਨੀਰੀ ਆਪਾਂ ਪਹਿਲਾਂ ਲਾ ਦਿੰਨੇ ਆ ਤਾਂ ਝਾੜ ਆਟੋਮੈਟਿਕ ਘਟਣਾ ਹੀ ਘਟਣਾ ਇਸ ਲਈ ਪੀਆ 126 ਦੀ ਪਨੀਰੀ ਦੀ ਆਪਾਂ ਕਰੀਏ ਬਜਾਈ 25 ਮਈ ਤੋਂ ਲੈ ਕੇ 20 ਜੂਨ ਦੇ ਵਿੱਚ ਵਿੱਚ ਕਰਦੀਏ ਮਤਲਬ 25 ਮਈ ਤੋਂ ਸ਼ੁਰੂ ਕਰ ਲੋ ਤੇ ਜੂਨ ਦੇ ਐਂਡ ਤੱਕ ਤੁਸੀਂ ਕਰ ਸਕਦੇ ਹੋ ਬਜਾਈ ਕੋਈ ਦਿੱਕਤ ਨਹੀਂ ਹੈਗੀ ਪਰ ਇੰਨਾ ਕੁ ਧਿਆਨ ਰੱਖਣਾ ਕਿ ਆਪਾਂ 25 ਦਿਨਾਂ ਦੇ ਅੰਦਰ ਅੰਦਰ 126 ਆ ਜਿਹੜੀ ਉਹਦੀ ਲੋਈ ਖੇਤ ਦੇ ਵਿੱਚ ਕਰ ਦਈਏ ਜੇ ਇਸ ਤੋਂ ਵੱਧ ਦਿਨ ਲੰਘ ਜਾਂਦੇ ਨੇ ਤਾਂ ਫਿਰ ਦਿੱਕਤਾਂ ਆਉਣੀਆਂ ਅੱਗੇ ਜਾ ਕੇ ਫਿਰ ਆਪਣੀ ਪਨੀਰੀ ਪੱਕ ਜਾਂਦੀ ਹੈ ਝੋਨਾ ਝਾੜ ਨਹੀਂ ਦਿੰਦਾ ਬਾਅਦ ਵਿੱਚ ਆਪਾਂ ਲੱਖ ਕੋਸ਼ਿਸ਼ਾਂ ਕਰ ਲਈਏ ਉਹ ਗੱਲ ਨਹੀਂ ਬਣਦੀ ਕੱਚੀ ਪਨੀਰੀ ਜਿਆਦਾ ਬੁੱਝਾ ਮਾਰਦੀ ਹੈ ਤੇ ਆਸਾਨੀ ਨਾਲ ਵਧੀਆ ਛਾੜ ਦਿੰਦੀ ਹੈ ਤੇ ਉਹਦੇ ਉਹਨੂੰ ਬਹੁਤਿਆਂ ਜਿਆਦਾ ਬਾਦ ਦੇ ਵਿੱਚ ਸਪਰੇਹਾ ਕਰਨ ਦੀ ਵੀ ਲੋੜ ਨਹੀਂ ਪੈਂਦੀ ਤੇ ਹੁਣ ਆਪਾਂ ਗੱਲ ਕਰੀਏ ਜੇ ਬਾਸਮਤੀਆਂ ਦੀ ਤਾਂ 11 21 16 37 ਤੇ 17 18 ਇਹਦੇ ਵਿੱਚ ਪੰਜਾਬ ਬਾਸਮਤੀ 7 ਤੇ 5 ਇਹਨਾਂ ਦੀ ਡੇਟ ਸੇਮ ਹੈ ਜੁਲਾਈ ਦਾ ਪਹਿਲਾ 15ਵਾਂ ਮਤਲਬ ਜੁਲਾਈ ਦੇ ਪਹਿਲੇ 15 ਦਿਨਾਂ ਦੇ ਵਿੱਚ ਆਪਾਂ ਇਹਨੂੰ ਟ੍ਰਾਂਸਪਲੈਂਟ ਕਰ ਸਕਦੇ ਹਾਂ ਤੇ ਜੂਨ ਦੇ ਪਹਿਲੇ 15 ਦਿਨਾਂ ਦੇ ਵਿੱਚ ਆਪਾਂ ਇਹਨੂੰ ਬੀਜ ਸਕਦੇ ਹਾਂ ਮਤਲਬ 1 ਜੂਨ ਤੋਂ ਲੈ ਕੇ 15 ਜੂਨ ਤੱਕ 11 21 16 37 17 18 7 ਤੇ 5 ਪੰਜਾਬ ਬਾਸਮਤੀ ਇਹਨਾਂ ਨੂੰ 1 ਜੂਨ ਤੋਂ 15 ਜੂਨ ਦੇ ਵਿੱਚ ਪਨੀਰੀ ਲਗਾ ਕੇ ਵੀ 25 ਦਿਨਾਂ ਦੇ ਵਿੱਚ ਵਿੱਚ ਇਹ ਵੀ ਪਨੀਰੀ ਟ੍ਰਾਂਸਪਲੈਂਟ ਕਰ ਦੇਣੀ ਆ ਤੇ 1509 ਬਾਸਮਤੀ ਇਹ ਵੀ ਬਹੁਤ ਜ਼ਿਆਦਾ ਲੱਗਦੀ ਹੈ ਪੰਜਾਬ ਦੇ ਵਿੱਚ ਤੇ CSR 30 ਇਹਦਾ 15 ਜੂਨ ਤੋਂ 30 ਜੂਨ ਤੱਕ ਇਹ ਇਹਦੀ ਜਿਹੜੀ ਅੱਗੇ ਤੁਸੀਂ ਟ੍ਰਾਂਸਪਲੈਂਟ ਕਰਨੀ ਆ 15 ਜੁਲਾਈ ਤੋਂ 30 ਜੁਲਾਈ ਤੱਕ ਉਹੀ ਹੈ ਜੀ 20 20 16 ਤੋਂ ਲੈ ਕੇ 20 ਦਿਨਾਂ ਦੀ ਪਨੀਰੀ ਤੁਸੀਂ ਟ੍ਰਾਂਸਪਲੈਂਟ ਕਰ ਸਕਦੇ ਹੋ 16 ਦਿਨਾਂ ਦਾ ਜੀ ਹੋ ਜਾਂਦੀ ਹੈ ਚੰਗੀ ਖਰਾਕ ਖਦ ਖਰਾਕ ਨਾਲ ਉਹ ਤੇ ਪਹਿਲਾਂ ਵੀਡੀਓ ਸਪਾਈਆਂ ਨੇ ਪਨੀਰੀ ਤਿਆਰ ਕਰਕੇ ਤੁਸੀਂ ਟ੍ਰਾਂਸਪਲੈਂਟ ਕਰ ਦੋ ਹੁਣ ਆਪਾਂ ਗੱਲ ਕਰਨੀਆਂ ਨਵੀਆਂ ਵੈਰਾਈਟੀਆਂ ਦੀ ਸਭ ਤੋਂ ਵੱਧ ਕਰੇਜ ਹੈ ਜਿਹੜੀ ਵੈਰਾਈਟੀ ਦਾ ਉਹ ਹੈ ਜੀ 1847 1509 ਦੀ ਸੋਧ ਹੈ ਤੇ ਇਹਦੀ ਪਨੀਰੀ ਤੁਸੀਂ ਲਗਾਉਣੀ ਆ 15 ਜੂਨ ਤੋਂ 30 ਜੂਨ ਦੇ ਵਿੱਚ ਵਿੱਚ ਲਗਾ ਸਕਦੇ ਹੋ ਤੇ 16 ਤੋਂ ਲੈ ਕੇ 25 ਦਿਨਾਂ ਦੀ ਪਨੀਰੀ ਟ੍ਰਾਂਸਪਲੈਂਟ ਕਰ ਦੋ 25 ਤੋਂ ਵਧਾਓ ਨਾ ਹੋ ਸਕੇ ਤਾਂ 20 18 20 ਦਿਨਾਂ ਦੀ ਪਨੀਰੀ ਟ੍ਰਾਂਸਪਲੈਂਟ ਕਰ ਦੋ ਜੇ 16 ਦੀ ਤਿਆਰ ਹੋ ਜਾਂਦੀ ਹੈ 16 ਦੀ ਕਰ ਦੋ ਕਿਵੇਂ ਤਿਆਰ ਕਰਨੀ ਆ ਉਹ ਸਾਰੀ ਡਿਟੇਲਡ ਵੀਡੀਓ ਆਲਰੇਡੀ ਆਪਾਂ ਬਣਾ ਚੁੱਕੇ ਆ ਹੁਣ 1847 ਆ ਗਈ ਤੇ ਜਿਹੜਾ 1885 ਆ ਉਹਦਾ 1121 ਵਾਲਾ ਟਾਈਮ ਜਿਹੜਾ ਦੱਸਿਆ ਸੇਮ ਟਾਈਮ ਤੇ ਕਰ ਸਕਦੇ ਹੋ ਤੇ ਜਿਹੜੀ 1699 ਆ ਨਵੀਂ ਵੈਰੈਟੀ ਉਹ ਉਹ ਵੀ 15 ਤੋਂ 30 ਜੂਨ ਨੂੰ ਪਨੀਰੀ ਲਗਾ ਕੇ 15 ਕ ਦਿਨਾਂ ਦੀ ਟ੍ਰਾਂਸਪਲੈਂਟ ਕਰ ਸਕਦੇ ਹੋ ਸੋ ਇਹ ਸੀ ਅੱਜ ਦੀ ਜਾਣਕਾਰੀ ਜੀ ਧੰਨਵਾਦ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਤੇ ਸਾਡੇ ਨਾਲ ਬਨੇ ਰਹੋ ਥੈਂਕ ਯੂ